ਮੋਗਾ ਦੇ ਪਿੰਡ ਠੱਠੀ ਭਾਈ 'ਚ ਸਵੇਰੇ ਵਾਪਰੇ ਸੜਕ ਹਾਦਸੇ 'ਚ ਸੀਨੀਅਰ ਕਾਂਸਟੇਬਲ ਬੂਟਾ ਸਿੰਘ ਦੀ ਮੌਤ ਹੋ ਗਈ। 33 ਸਾਲਾ ਬੂਟਾ ਸਿੰਘ ਵਾਸੀ ਠੱਠੀ ਭਾਈ ਸਵੇਰੇ 5 ਵਜੇ ਡਿਊਟੀ 'ਤੇ ਆਪਣੀ ਕਾਰ ਰਾਹੀਂ ਜਾ ਰਿਹਾ ਸੀ। ਅਜੇ ਉਸਨੇ ਲਗਭਗ 1 ਕਿਲੋਮੀਟਰ ਦਾ ਰਸਤਾ ਹੀ ਤੈਅ ਕੀਤਾ ਸੀ ਕਿ ਅਚਾਨਕ ਕਾਰ ਸੜਕ ਕਿਨਾਰੇ ਟਾਹਲੀ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਨੌਜਵਾਨ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਬੂਟਾ ਸਿੰਘ ਦੇ 2 ਬੱਚੀਆਂ ਨੇ। ਇੱਕ ਬੂਟਾ ਸਿੰਘ ਸੀਗਾ ਮੁੰਡਾ, ਹੌਲਦਾਰ ਸਾਡਾ ਠੱਠੀ ਭਾਈ ਤੋਂ। ਇਹ SFT ਦੇ ਵਿੱਚ 3 ਸਾਲ ਸੀ, ਨਿਹਾਲ ਸਿੰਘ ਵਾਲੇ। ਸੁਬਹਾ ਡਿਊਟੀ 'ਤੇ ਜਾ ਰਹੇ ਸੀ ਵਿਚਾਰਾ, 5 ਵਜੇ ਅਚਾਨਕ ਅਵਾਰਾ ਪਸ਼ੂ ਅੱਗੇ ਆ ਗਿਆ। ਉਹਨੂੰ ਬਚਾਉਂਦੇ ਹੋਏ ਤੋਂ ਜਿਹੜੀ ਉਹਦੀ ਵਰਨਾ ਕਾਰ ਸੀਗੀ ਉਹ ਦਰਖਤ 'ਚ ਜਾ ਕੇ ਟਕਰਾ ਗਈ ਅਤੇ ਉਹਦੀ ਵਿਚਾਰੇ ਦੀ ਉੱਥੇ ਡੈਥ ਹੋ ਗਈ। ਵਿਆਹਿਆ ਹੋਇਆ ਸੀ, 2 ਬੱਚੇ ਲੜਕੀਆਂ ਸੀ 2 ਵਿਚਾਰੇ ਦੇ। ਕਿਵੇਂ ਐਕਸੀਡੈਂਟ ਕਿਵੇਂ ਹੋਇਆ? ਅਵਾਰਾ ਪਸ਼ੂ ਅਚਾਨਕ ਅੱਗੇ ਆਉਣ ਕਰਕੇ ਉਹਨੂੰ ਬਚਾਉਂਦਾ ਸੀਗਾ, ਉਹਨੂੰ ਬਚਾਉਂਦੇ ਹੋਏ ਦਰਖਤ ਨਾਲ ਜਾ ਕੇ ਗੱਡੀ ਟਕਰਾ ਗਈ। ਮੌਕੇ 'ਤੇ ਹੀ ਮੌਤ ਹੋ ਗਈ? ਮੌਕੇ 'ਤੇ ਹੀ ਹੋ ਗਈ ਤਕਰੀਬਨ। ਕੀ ਕਾਰਵਾਈ ਕੀਤੀ? 174 ਦੀ ਕਾਰਵਾਈ।